ਸਾਡੇ ਨਾ ਕੀੜਾ ਚੜ ਗਿਆ ਵੀ ਬਦਮਾਸ਼ੀ ਕਰਿਆ। ਚਲੋ ਜੀ, ਜਿਉਂ ਸਾਨੂੰ ਬਦਮਾਸ਼ੀ ਦਾ ਭੂਤ ਚੜਿਆ, ਸਭ ਤੋਂ ਪਹਿਲਾਂ ਬਦਮਾਸ਼ੀ ਸ਼ੁਰੂ ਹੁੰਦੀ ਸੀਗੀ ਉਦੋਂ ਸ਼ਹਿਰਾਂ 'ਚ ਵੀ। ਅੱਜ ਕੱਲ੍ਹ ਤਾਂ ਦੇਖੋ ਮਾਹੌਲ ਚੇਂਜ ਹੋ ਗਿਆ, ਮੈਂ ਅੱਜ ਕੱਲ੍ਹ ਦੀ ਗੱਲ ਨਹੀਂ ਕਰਦਾ, ਪਹਿਲਾਂ ਦੀ ਗੱਲ ਕਰਦਾ ਵੀ ਬਦਮਾਸ਼ੀ ਸ਼ੁਰੂ ਹੁੰਦੀ ਸੀ ਵੀ ਕੰਡਕਟਰ ਤੋਂ ਟਿਕਟ ਨਹੀਂ ਦੇਣੀ। ਸਭ ਤੋਂ ਪਹਿਲੀ ਬਦਮਾਸ਼ੀ ਦਾ ਸਟੈਪ ਇਹ ਸੀ। ਅਸੀਂ ਭਾਈ ਪੂਰੇ ਕਾਇਆਂ ਕੱਢ ਕੇ ਖੜ ਗਏ, ਕਹਾਂ ਹਾਂ ਵੀ ਟਿਕਟ ਅਸੀਂ ਦਿੰਦੇ ਹੋਏ। ਉਹਨੇ ਤਿੰਨ ਮਾਰੇ ਲਪੇੜੇ ਲਾ ਤੇ, ਕਹਿੰਦੀ ਭੈਣ ਯਾਰ ਆਹ ਕਾਹਦੀ ਬਦਮਾਸ਼ੀ ਹੋਈ ਵੀ ਜਾਂਦਾ ਲਾ ਕੇ। ਅਸੀਂ ਅਗਲੀ ਬੱਸ ਨੂੰ ਭਰਾਵਾਂ ਮਸਾਂ ਹੱਥ ਦੇ ਪਿੰਡ ਪਹੁੰਚੇ। ਫਿਰ ਯਾਰ ਅਸੀਂ ਨਹੀਂ ਕਰਨੀ ਬਦਮਾਸ਼ੀ। ਚੱਲ ਸਾਡੇ ਨਾਲ ਦੋ ਕੁ ਲੰਡਰ ਜੇ ਰਲ ਗਏ ਬੰਦੇ, ਉਹ ਨਸ਼ਾ ਪੱਤਾ ਕਰਦੇ ਸੀ, ਸ਼ੀਸ਼ੇ ਨਸ਼ੇ ਪੀਂਦੇ ਸੀਗੇ ਜੇ ਉਹ ਲਟਰਾਂ ਪਟਰਾਂ, ਅਤੇ ਪੈਗ ਪੁੱਗ ਵੀ ਲਾ ਲੈਂਦੇ ਸੀਗੇ। ਉਹ ਕਹਿੰਦੇ ਕੰਜਰ ਦੇ ਤੁਸੀਂ ਤਾਂ ਛੋਟੇ ਲੈਵਲ 'ਤੇ ਹੋ, ਕਹਿੰਦੇ ਇਹ 'ਚ ਤਾਂ ਮਤਲਬ ਨਾ ਪੈਸੇ ਮਿਲਦੇ ਨੇ, ਵੀ ਮਤਲਬ ਕਿਸੇ ਦੇ ਰੈਂਕ ਪਾਉਣੇ ਹੋਣ, ਆਪਾਂ ਇੰਨਾ ਮੁਲਕ ਹੁੰਦਾ ਯਾਰ, ਕਹਿੰਦੇ ਆਪਾਂ ਵੀ ਕਰਾਂ। ਅਸੀਂ ਵੀ ਕਹਿੰਦਾ ਕਰੀਏ ਵੀ ਠੀਕ ਆ। ਚਲੋ ਜੀ, ਇੱਕ ਵਾਰੀ ਪਾਰਟੀ ਆ ਗਈ ਉਹਦੇ ਕੋਲ, ਕਹਿੰਦਾ ਐਂ ਕਰਕੇ ਆਪਣੇ ਕੋਲ ਅੱਜ ਪਾਰਟੀ ਨੇ ਆਉਣਾ, ਵੀ ਹੱਥ 'ਤੇ ਮਿਲਣਾ ਉਹਨੂੰ, ਵੀ ਸਾਈ ਆ ਰਹੀ ਆ, ਵੀ ਕਿਸੇ ਦੇ ਰੈਂਕ ਪਾਉਣੇ ਨੇ। ਲਓ ਜੀ, ਹੱਥ 'ਚ ਬੈਠੇ ਸੰਜੇ ਦਾ ਤੁਰੀ ਆਂਡਾ ਤਰੀ ਕਰਾ ਲਈ, ਇੱਕ ਇੱਕ ਪਲੇਟ 10-10 ਰੁਪਈਆਂ ਦੀ ਸੰਜੇ ਦਾ ਤੁਰਾਂ ਨੇ, ਵੀ ਹੁਣ ਇਦੂ ਬਾਅਦ ਆਉਣਗੇ ਬੈਲੀ ਭਾਈ, ਹੈ ਨਾ, ਵੀ ਪੂਰੇ ਐਂ ਬੈਲੀ ਬਣ ਕੇ ਬਹਿਣਾ ਹੀ, ਉਹੀ ਅੱਖਾਂ ਜਿਹੀਆਂ ਜੇ ਕੱਢੀ ਬੈਠੇ। ਉਹ ਆ ਗਿਆ ਮੁੰਡਾ ਨਾ, ਉਹ ਬਾਣੀਆਂ ਦਾ ਮੁੰਡਾ ਸੀਗਾ, ਉਹਦਾ ਕਿਸੇ ਨਾਲ ਰੌਲਾ ਸੀਗਾ ਬੰਦੇ ਨਾਲ, ਅਤੇ ਕਹਿੰਦਾ ਯਾਰ ਐਂ ਕਰਕੇ ਮੈਨੂੰ ਤੰਗ ਬਹੁਤ ਕਰਦਾ, ਵੀ ਘਰ ਮੂਹਰੇ ਵੀ ਗਾਲਾਂ ਗੂਲਾਂ ਕੱਢ ਗਿਆ, ਵੀ ਜਿੱਥੇ ਵੀ ਮੈਂ ਤਾਂ ਟੱਕਰ ਦਾ ਨਹੀਂ ਡਰਦਾ, ਵੀ ਉਹਦਾ ਹੁਣ ਹੱਲ ਕਰਨਾ। ਉਹ ਹੁਣ ਜਿਹੜਾ ਬੰਦਾ ਡੀਲ ਕਰਦਾ ਸੀ ਉਹ ਪੂਰਾ ਨਸ਼ੇ ਹੈ ਨਾ, ਉਹ ਕਹਿੰਦਾ ਵੀ ਦੇਖੋ ਸਾਡੇ ਸਾਰਿਆਂ ਇਕੱਲੇ ਇਕੱਲੇ ਦੀ ਇੰਟਰੋ ਕਰਾ ਰਿਹਾ, ਉਹਨੇ ਪਹਿਲੇ ਦੀ ਇੰਟਰ ਕਰਾਈ, ਕਹਿੰਦਾ ਆਏ ਨੂੰ ਕਹਿੰਦਾ ਇਹ ਆਪਣਾ ਵੀਰ ਭਾਈ ਕਰਦਾ ਖੇਤੀਬਾੜੀ ਆ, ਕਹਿੰਦਾ ਪਰ ਇਹ ਬੈਲ ਪੁਣੇ 'ਚ ਨਾ ਕੱਢੂਗਾ, ਕਹਿੰਦਾ ਇਹਨਾਂ ਦੇ ਬਰਸੀਨ 'ਚ ਕੱਟਾ ਵੜ ਗਿਆ ਸੀਗਾ, ਕਹਿੰਦਾ ਲੋਕ ਤਾਂ ਡਾਂਗਾਂ ਡੂੰਗਾ ਲੈ ਕੇ ਬਾਹਰ ਕੱਢਦੇ ਨੇ, ਗਾਲੀ ਵੜਤਾ ਕੱਟੇ ਦਾ, ਕਹਿੰਦਾ ਉੱਥੇ ਤੜਫੀ ਗਿਆ, ਹੁਣ ਕਹਿੰਦਾ ਮੂਹਰੇ ਟੰਗਿਆ ਵਾ, ਉਹ ਭਾਣਾ ਡਰ ਗਿਆ ਕੋਈ ਵੱਡਾ ਬੈਲੀ ਆ। ਮੇਰੀ ਐਂ ਕੂਣੀ ਜੀ ਦਿਖਾ ਕੇ ਕਹਿੰਦਾ ਛੋਟੇ ਭਾਈ, ਕਹਿੰਦਾ ਟੱਕ ਦਿੰਦਾ, ਕਹਿੰਦਾ ਐਸ ਡੀ ਕਾਲਜ ਕੋਲ ਲੜਾਈ ਨਹੀਂ ਹੋਈ, ਕਹਿੰਦਾ ਉੱਥੇ ਇਹਨੇ ਕਹਿੰਦਾ ਇਹਦੇ ਕਿਰਪਾਨਾਂ ਦੋ ਚਾਰ ਮਾਰ ਕੇ ਕਹਿੰਦਾ ਵੈਸੇ ਇਹਨੇ ਛੁਲਕ ਦੇ। ਮੇਰਾ ਮਨ ਡਰ ਵੀ ਭੈਣ ਦੇ ਨਾ, ਅਸੀਂ ਤਾਂ ਜਿਹੜੀ ਬੀਹੀ ਕੁੱਤਾ ਵੱਧ ਭੌਂਕਦਾ ਹੋਵੇ ਦੂਜੀ ਬੀਹੀ ਹੋ ਜਾਈਦਾ। ਚਲੋ ਜੀ, ਉਹਨੇ ਸਾਡੀ ਸਾਰਿਆਂ ਦੀਆਂ ਇੰਟਰੋ ਕਰਾਤੀ ਵੀ ਆਹ ਫਲਾਨਾ ਹੈ, ਫਲਾਨਾ ਢਿੰਗਾ, ਉਹ ਪੂਰਾ ਇੰਪ੍ਰੈਸ। ਗੱਲ ਮੁਕਾਤੀ ਉਹਦੇ ਨਾਲ, ਉਹਨਾਂ ਨੇ 35,000 ਰੁਪਏ 'ਚ, ਕਹਿੰਦਾ ਵੀ 35,000 ਰੁਪਇਆ ਲਵਾਂਗੇ, ਕਹਿੰਦਾ ਜਿਹੜਾ ਬੰਦਾ ਤੈਨੂੰ ਤੰਗ ਕਰਦਾ, ਕਹਿੰਦਾ ਉਹਦੇ ਰਿੰਗ ਇਹੋ ਜਿਹੇ ਹਿਸਾਬ ਨਾਲ ਪੈਣਗੇ ਵੀ ਸਾਰੇ ਧੂਰੀ 'ਚ ਜਿੱਥੋਂ ਤੂੰ ਨੰਗਾ ਕਰੇਗਾ ਮੋਟਰਸਾਈਕਲ 'ਤੇ, ਵੀ ਉਹਦੇ ਸਵਰਾਜ ਦੀ ਸਲੈਂਸਰ 'ਤੇ ਜਿਹੜੀ ਲੱਗੀ ਹੁੰਦੀ ਆ ਉਹ ਭੈਣੀ ਤੁੱਕੀ ਜੀ, ਕਹਿੰਦਾ ਉਹਦੇ ਵਾਂਗੂ ਹੱਥਾਂ ਹੀ ਰਿਹਾ ਗੁਰੂ। ਹੋਰ ਬਾਈ ਜੀ ਉਹ ਵੀ ਪੂਰਾ ਇੰਪ੍ਰੈਸ, ਕਹਿੰਦਾ ਵੀ ਬੰਦੇ ਬੈਲੀ ਨੇ। ਕਹਿੰਦਾ ਵੀ ਖਰਚਾ ਦੱਸੋ, ਕਹਿੰਦਾ ਵੀ ਖਰਚਾ ਦੇਖੋ ਜੀ, ਇੱਕ ਤਾਂ ਗੱਡੀ 'ਤੇ ਅਸੀਂ ਆਵਾਂਗੇ, ਦੂਜਾ ਕਹਿੰਦਾ ਵੀ ਹੁਣ ਸਾਡੇ ਸਾਰਿਆਂ ਦਾ ਨਾਂ ਲੈਦਾ, ਕਹਿੰਦਾ ਸਾਰੇ ਵੀਰ ਭਾਈ ਨਸ਼ੇ ਕਰਦੇ ਨੇ, ਵੀ ਆਹ ਫਲਾਨਾ ਕਰਦਾ ਢਿੰਗਾ ਕਰਦਾ, ਉਹਨੂੰ ਐਂ ਵੀ ਸਾਰੇ ਪੈਸੇ ਇਹਨਾਂ ਦੇ ਲੈ ਲਈਏ। ਉਹ ਕਹਿੰਦਾ ਵੀ ਡਨ। ਹੁਣ ਉਹਦੇ 'ਚ ਪਲੈਨਿੰਗ ਇਹ ਸੀ ਵੀ ਸਾਡੇ 'ਚੋਂ ਇੱਕ ਬੰਦੇ ਨੇ ਸੋਮੋ ਲੈ ਲਈ ਸੀਗੀ, ਉਹ ਕਿਰਾਏ 'ਤੇ ਸੋਮੋ ਲਾਉਂਦਾ ਸੀ, ਕਹਿੰਦਾ ਵੀ ਇਹਦੀ ਗੱਡੀ ਕਰਾਂਗੇ ਕਿਰਾਏ 'ਤੇ, ਤਾਂ ਬਾਪੂ ਗਾਲਾਂ ਕੱਢਣੋਂ ਹਟ ਜੂ ਵੀ ਵਿਹਲਾ ਫਿਰਦਾ ਰਹਿਣਾ, ਅਤੇ ਬਾਕੀ ਕਹਿੰਦਾ ਆਪਾਂ ਨੂੰ ਸਾਰਿਆਂ ਨੂੰ ਪੈਸੇ ਆਉਣਗੇ। ਇਹ ਕਹਿੰਦਾ ਠੀਕ ਆ। ਭਾਅ ਦੂਏ ਦਿਨ ਚੱਕ ਕੇ ਭਾਈ ਟਾਟਾ ਸੋਮੋ ਮਾਰ ਕੇ ਸੈਲਫ ਧੋ ਧੂ ਕੇ ਚੱਕਦੀ ਡੈਣੀ ਉਹਨਾਂ ਨੇ ਧੂਰੀ ਨੂੰ, ਉਹ ਕਹਿੰਦਾ ਵੀ ਫਲਾਨੇ ਥਾਂ 'ਤੇ ਉਹ ਆ ਐਂ ਵੋ। ਉਹ ਗਾਂ ਜਿਹਨਾਂ ਨਾਲ ਜਿਹੜਾ ਬੰਦਾ ਤੰਗ ਕਰਦਾ ਸੀ ਉਹ ਸੁਨਿਆਰਾਂ ਦਾ ਸੀਗਾ ਬੰਦਾ। ਅਸੀਂ ਪੂਰੇ ਸ਼ੁਕਰੇ ਭਾਈ ਧੂਰੀ ਨਾ ਭੀੜੀ ਜੀ ਬੀਚ ਜਾ ਕੇ ਗੱਡੀ ਜਦੋਂ ਵਾਰੀ, ਅਸੀਂ ਸਾਰਿਆਂ ਟਾਕਿਆਂ ਖੋਲ੍ਹ ਕੇ ਉੱਤਰੇ ਦੀ ਭੈਂ ਕੀਤਾ, ਮੂਹਰੋਂ ਭਰਾਵਾ 60-70 ਸੁਨਿਆਰਾਂ ਦੇ ਬੰਦੇ ਨਾ ਤੁਰੇ ਆਉਣ ਬੇਸਬਾਲਾਂ ਪੜੇ। ਸਾਡਾ ਹੈਡ ਡਰਾਈਵਰ ਨੂੰ ਕਹਿੰਦਾ ਕਾਲੇ, ਕਹਿੰਦਾ ਇੱਥੋਂ ਮੋੜਨੀ ਤਾਂ ਹੈ ਨਹੀਂ, ਬੈਗ ਹੀ ਕਰ ਲੈ ਭੈਣ ਨੀ, ਸੋਮੋ ਬੈਗ ਹੀ 80 ਦੇ ਕਰਤੀ, ਜਿਹੜਾ ਬਹਿ ਗਿਆ ਬਹਿ ਗਿਆ, ਸੋਮੋ ਭੈਣ ਨੀ ਲੈਂਬਰ ਕਿੰਨੀ ਬਣੀ ਜਾ, ਮਗਰੋਂ ਮੂਹਰੋਂ ਧੂੰਆਂ ਰੋਲ ਜੀ ਪਾਏ। ਭੈਣ ਨੇ ਪਹਿਲਾਂ ਤਾਂ ਉਹ ਦਾਰੂ ਦੂਰੂ ਪੀ ਕੇ ਆਂਡੇ ਉਂਡੇ ਉਹਦੇ ਚੱਲੇ, ਉਹ ਬੰਦਾ ਉੱਥੇ ਕਿਹੜਾ ਡੀ ਕੇ ਵੀ ਹੁਣ ਰਿੰਗ ਪਾਉਣੇ, ਉਹ ਕਰੀ ਯਾਰ ਗੱਲ ਤਾਂ ਸੁਣੋ, ਗੱਲ ਕਿੱਥੇ ਸੁਣਦੀ, ਭੈਣ ਤਣੀ ਜਾਵੇ ਸੈਕਰਡ ਗੇਮ ਵਾਲੀ ਤਰਪਾਠੀ ਵਾਂਗੂ ਸੋਮਾ ਹੁਣੇ ਭਰਾ ਬਾਣੀਆਂ ਦੇ ਮੁੰਡੇ ਨੇ ਸਾਡੇ ਮਗਰ ਮੋਟਰ ਲਾ ਲੈ। ਉਹ ਕਹਿੰਦਾ ਯਾਰ ਆਂਡੇ ਖਾਧੇ ਦਾ ਮੁੱਲ ਤਾਂ ਮੋੜ ਦੋ, ਇੱਦਾਂ ਜੋ ਸੋਮੋ ਟੱਕਰੀ ਭਰਾਵਾ 60-70 ਬੰਦੇ ਸੀ, ਇੱਦਾਂ ਭਰਾਵਾ ਜਾ ਕੇ ਰਣੀ ਕੇ ਮੇਲਾ ਸੀਗਾ ਉਹਦੇ ਧੂਰੀ ਦੇ ਨਾਲ, ਇੱਦਾਂ ਰਣੀ ਕੇ ਮੇਲੇ 'ਤੇ ਬਾੜਤੀ, ਉਹ ਆਵੇ ਮੰਗਰੀ ਪਲਸਰ ਛੱਡੀ ਭੈਣ, ਕਹਿੰਦਾ ਯਾਰ ਤੁਸੀਂ ਤਾਂ ਭੈਣ ਸਲੂਟ ਮਰਾਉਣੀ ਤੂੰ ਤੂੰ ਕਰਾ ਦੀ ਯਾਰ ਤੁਸੀਂ ਤਾਂ ਮੇਰੀ। ਸਾਡਾ ਬੰਦਾ ਉਤਰਿਆ, ਕਹਿੰਦਾ ਛੋਟੇ ਭਾਈ ਤੇਰੇ ਦੇਣਦਾਰ ਆ, ਕਹਿੰਦਾ ਪਰ ਅਸੀਂ ਇੱਕ ਅੱਧੇ ਦੇ ਰਿੰਗ ਪਾਉਣ ਵਾਲਿਆਂ ਨੂੰ ਤਾਂ 60-70 ਨਾਲ ਸਿੰਗ ਮੇਰੇ ਵਾਲੇ ਫਿਰ ਵੀ ਉਹਨੂੰ ਐਂ ਕਹਿੰਦਾ, ਕਹਿੰਦਾ ਤੇਰਾ ਤਾਂ ਪੈਰ ਪਿਆ ਹੀ ਪਿਆ ਸਾਡਾ ਹੀ ਪਾਏ, ਉਹ ਕਹਿੰਦਾ ਤੁਸੀਂ ਪੈਰ ਪਾਈ ਕਰੋ ਤਾਂ ਲਫੜੇ ਹੀ ਗਾਣੇ ਉਹ ਕਰੀ ਜਾਵੇ, ਅੱਜ ਤੋਂ ਬਾਅਦ ਨਹੀਂ ਤੁਹਾਡੇ 'ਤੇ ਯਕੀਨ ਕਰਦਾ।
ਮਾਂ ਭਰਾਵਾ ਯਕੀਨ ਦਾ ਸਾਡਾ ਆਪਦਾ ਹੀ ਉੱਠ ਗਿਆ, ਇਹਦਾ ਸੋਮੋ ਹੌਲੀ ਹੌਲੀ ਕਰਕੇ ਮਗਰੋਂ ਦੂਏ ਗੇਅਰ ਚ ਪਿੰਡ ਲਗੇ।